ਤੇ ਤੇਰਾ ਚਾਚਾ ਤਾਇਆ ਬੈਠਾ ਹੋਣਾ, ਹੋ ਸਕਦੇ ਤੇਰੇ ਡੈਡੀ ਜੀ ਵੀ ਬੈਠੇ ਹੋਣ, ਮੈਚ ਦੇਖਦੇ ਹੋਣ। ਬੱਲੇ ਬੱਲੇ ਕਰਾਉਣੀ ਪੈਣੀ ਆ ਇੱਥੇ। ਵਾਹ ਓਏ ਖੁੱਭਣ ਵਾਲਿਆ, ਵਾਹ ਓਏ ਖੁੱਭਣ ਵਾਲਿਆ, ਬੈਠੇ ਨੇ ਮੈਨੂੰ ਲੱਗਦਾ ਤੇਰੇ ਪਾਪਾ ਜੀ ਬੈਠੇ ਨੇ ਅੱਜ। ਸਪੈਸ਼ਲ ਕਹਿੰਦੇ ਅੱਜ ਕਰੀਏ ਆਏ ਨੇ ਉਚੇਚੇ ਤੌਰ ਤੇ ਤੇਰਾ ਮੈਚ ਦੇਖਣ ਲਈ, ਵੀ ਅੱਜ ਮੇਰਾ ਮੁੰਡਾ ਟਾਕੇ ਧੰਨ ਧੰਨ ਕਰਾਉਂਦਾ। ਖੁੱਭਣ ਵਾਲਾ ਗੋਰੀ ਸਿੱਧੂਆ ਕਰੀ ਗੱਲ, ਤੇਰਾ ਪਿੰਡ ਦਾ ਕੱਪ ਹੈ ਤੇ ਤੇਰਾ ਚਾਚਾ ਤਾਇਆ ਬੈਠਾ ਹੋਣਾ, ਹੋ ਸਕਦੇ ਤੇਰੇ ਡੈਡੀ ਜੀ ਵੀ ਬੈਠੇ ਹੋਣ, ਮੈਚ ਦੇਖਦੇ ਹੋਣ। ਬੱਲੇ ਬੱਲੇ ਕਰਾਉਣੀ ਪੈਣੀ ਆ ਇੱਥੇ। ਵਾਹ ਓਏ ਖੁੱਭਣ ਵਾਲਿਆ, ਵਾਹ ਓਏ ਖੁੱਭਣ ਵਾਲਿਆ, ਬੈਠੇ ਨੇ ਮੈਨੂੰ ਲੱਗਦਾ ਤੇਰੇ ਪਾਪਾ ਜੀ ਬੈਠੇ ਨੇ ਅੱਜ। ਸਪੈਸ਼ਲ ਕਹਿੰਦੇ ਅੱਜ ਕਰੀਏ ਆਏ ਨੇ ਉਚੇਚੇ ਤੌਰ ਤੇ ਤੇਰਾ ਮੈਚ ਦੇਖਣ ਲਈ, ਵੀ ਅੱਜ ਮੇਰਾ ਮੁੰਡਾ ਟਾਕੇ ਧੰਨ ਧੰਨ ਕਰਾਉਂਦਾ। ਖੁੱਭਣ ਵਾਲਾ ਗੋਰੀ ਸਿੱਧੂ ਨਾਲ ਕਰੀ ਗੱਲ, ਸਰਪੰਚ ਸਾਹਿਬ ਇਹ ਪੁੱਟ ਕਟਾਪਾ ਕਰਦਾ, ਇਹ ਹੱਲਾ ਗੁੱਲ ਨਹੀਂ ਕਰਦਾ, ਇਹ ਹੱਲਾ ਗੁੱਲ ਨਹੀਂ ਕਰਦਾ, ਇਹਦਾ ਕਾਪਾ ਨਵਾਂ ਮੁੰਡਾ ਬਰਾੜੇ ਦੇ ਹਲ ਚੱਲਦੇ ਬਲਦਾਂ ਦੇ ਟੱਲ ਵੀ ਸੁਣੇ। ਇਹ ਗੱਲ ਦੇ ਜਦੋਂ ਜਗਦੇਵ ਤੇਰੇ ਹਲ ਚੱਲਦੇ ਬਲਦਾਂ ਦੇ ਟੱਲ ਵੀ ਸੁਣੇ। ਇਹ ਗੱਲ ਦੇ ਕਦੇ ਗਿੱਪੀ ਨੇ ਗਾਇਆ ਸੀਗਾ ਤੇ ਮੁੰਡਾ ਜਗਦੇਵ ਕਦੇ ਬਾਲਾ ਪਾਉਂਦਾ, ਫੁੱਲੂ ਖੇੜੇ ਪਿੰਡ ਦਾ ਕਾਪਾ ਸਾਹਮਣੇ ਹੈ, ਇਸੇ ਏਰੀਏ ਦਾ ਮੁੰਡਾ ਦੇ ਸਾਹਮਣੇ। ਸਰਪੰਚ ਸਾਹਿਬ ਇਹ ਪੁੱਟ ਕਟਾਪਾ ਕਰਦਾ, ਇਹ ਹੱਲਾ ਗੁੱਲ ਨਹੀਂ ਕਰਦਾ, ਇਹ ਹੱਲਾ ਗੁੱਲ ਨਹੀਂ ਕਰਦਾ, ਇਹਦਾ ਕਾਪਾ ਨਵਾਂ ਮੁੰਡਾ ਬਰਾੜਾਂ ਦਾ। ਸਿੱਧੂਆ ਇਹ
ਕੀਲਿਆਂ ਚ ਛੱਕੇ ਮਾਰਦਾ ਹੈ, ਇਹ ਕੀਲਿਆਂ ਚ ਛੱਕੇ ਮਾਰਦਾ ਮੁੰਡਾ ਬਰਾੜਾਂ ਦਾ, ਤੇ ਢਾਬਾ ਵਾਲੇ ਸ਼ਾਂਟੀ ਇਹ ਰਾਜਸਥਾਨ ਰਾਇਲ ਲਈ ਖੇਡੇਗਾ, ਪਰ ਇਹਨੂੰ ਕਹਿੰਦੇ ਫੋੜ ਦਾ ਜੇਤੂ ਹੈ, ਢਾਬਾ ਵਾਲਾ ਫੋੜ ਦਾ ਜੇਤੂ ਹੈ, ਜਿਹੜੇ ਬਾਲ ਪਾਈ ਹੈ ਉਧਰ ਗਲੇਡੀਏਟਰ ਬੱਲੇ ਬੱਲੇ ਗਲੇਡੀਏਟਰ ਹੈ ਮੌਕੇ ਤੋਂ ਸੱਦਿਆ ਹੈ, ਇਹਨੂੰ ਵੀ ਕਹਿੰਦੇ ਚਾਰੀ ਕੀਲੇ ਆਉਂਦੇ ਨੇ ਜ਼ਮੀਨ ਦੇ, ਕਿ ਤੁਹਾਡੇ ਸਾਹਮਣੇ ਦੁਨੀਆਂ ਦਾ ਮਹਾਨ ਖੱਡੂ ਹੈ, ਜਿਹੜੇ ਬਾਲ ਪਾਈ ਹੈ ਉਧਰ ਗਲੇਡੀਏਟਰ ਤੇਰਾ ਫੋਨ ਨਹੀਂ ਜੁਆ।